पार्टी के विरोधी पक्ष के नेता हरपाल चीमा और सांसद भगवंत मान ने किया लहरा गागा का दौरा। भारी बरसात ने लहरा गागा में रहने वाले लोगों के होश उड़ा दिए हैं। पानी के कारण भारी तबाही हुई है, जिसके चलते आज आम आदमी पार्टी के विरोधी पक्ष के नेता हरपाल चीमा और सांसद भगवंत मान ने विशेष तौर पर घग्गर का दौरा किया। हरपाल चीमा ने कहा कि वह इस विषय पर राजनीति नहीं करना चाहते, वह इस मामले को विधानसभा में उठाएंगे और पीड़ित किसानों के लिए उचित मुआवजे की भी मांग करेंगे। लहरा गागा से गगनदीप सिंह की रिपोर्ट। लगातार जो प्रबंधक का किरदार बिल्कुल माड़ा है, असं प्रशासन तो मांग करते, सरकार तो मांग करते हैं स्पैशल जी गिरदार की करके स्पैशल जोड़ा है ये मुआवजा लाने करके अगर चौड़ा किया जाए ताकि हल हो सके। विधानसभा होगा कि किरदार मसला पहल आधार पर उठावे कि हल मंगे। असं घग्गर दरिया से कोई राजनीति नहीं करना चाहते, सरकार से दबाव बनावे ताकि चौड़ा किया जाए तो लोगों के खड़ा का हल किया जाए। ਦੇਖੋ ਜਿਹੜਾ ਘੱਗਰ ਦਾ ਏਰੀਆ ਬਦਕਿਸਮਤੀ ਨਾਲ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਇਹ ਏਰੀਆ ਮੀਂਹ ਪਵੇ ਨਾ ਪਵੇ ਇਹ ਪਿੰਡ ਜਿਹੜੇ ਨੇ ਆਪਦੀ ਕਿਸਮਤ ਦੇ ਵਿੱਚ ਹਰਾਂ ਨੂੰ ਮੰਨਣੀ ਪਈ, ਮਤਲਬ ਹੜ੍ਹ ਪੀੜਿਤ ਏਰੀਆ ਬਣ ਗਿਆ ਕਿਉਂਕਿ ਇਸ ਵਾਰ ਤਾਂ ਚਲੋ ਬਾਰਿਸ਼ਾਂ ਹੋ ਗਈਆਂ, ਕੁਝ ਹੋਰ ਏਰੀਆ 'ਚ ਵੀ ਆ ਗਿਆ ਜਿੱਥੇ ਨਹੀਂ ਵੀ ਹੁੰਦੀ ਸੀ, ਪਰ ਇੱਥੇ ਤਾਂ ਆਉਂਦਾ ਹੀ ਆਉਂਦਾ। ਅਤੇ ਘੱਗਰ ਇਹਦੇ ਨਾਲ ਜਿੱਦਾਂ ਫਸਲਾਂ ਮਰਨ ਦਾ ਮੁਆਵਜ਼ਾ ਦਿੰਦੇ ਆ, ਮੁਆਵਜ਼ਾ ਦਿੰਦੇ ਦਿਨ ਅਨਾਊਂਸ ਹੀ ਕਰਕੇ ਦਿੰਦੇ ਤਾਂ ਕਿਹਾ ਜੇ ਉਹਦਾ ਅੱਧਾ ਪੈਸਾ ਗਿਆ ਇਹਦੀ ਸਫਾਈ 'ਤੇ ਨੂੰ ਚੌੜਾ ਕਰਨ 'ਤੇ ਲੱਗ ਜਾਵੇ, ਕੁਛ ਵੀ ਨਾ ਕਰਨਾ। ਸ਼ਾਇਦ ਕਾਗਜ਼ਾਂ ਤੱਕ ਘੱਗਰ ਪੱਕਾ ਹੋਵੇ, ਸ਼ਾਇਦ ਕਾਗਜ਼ਾਂ 'ਤੇ ਇਹ ਬਹੁਤ ਨਾਢਾ ਸਾਹਿਬ ਤੋਂ ਲੈ ਕੇ ਇੱਥੇ ਤੱਕ ਪੱਕਾ ਹੋਊਗਾ। ਇੱਥੋਂ 25 ਸਾਲ MLA ਰਹਿ ਲਏ, ਮੈਡਮ ਭੱਠਲ ਉਹ ਸਿੰਚਾਈ ਮੰਤਰੀ ਵੀ ਰਹਿ ਲਏ, ਉਹ ਮੁੱਖ ਮੰਤਰੀ ਵੀ ਰਹਿ ਲਏ, ਅਤੇ ਇੱਥੋਂ ਮਤਲਬ ਐਸਪਰਟ ਪਰਮਿੰਦਰ ਸਿੰਘ ਸਾਈ ਜਿਹੜੇ ਪਹਿਲਾਂ ਸੀਗੇ ਖਜ਼ਾਨਾ ਮੰਤਰੀ ਬਾਈ ਸਾਈਡ 'ਤੇ, ਉਹਨਾਂ ਨੂੰ ਪਤਾ ਸੀ ਘੱਟੋ ਘੱਟ ਨਾ ਕਿ ਮੈਂ ਲਹਿਰੇ ਤੋਂ ਲੜਨਾ, ਤਾਂ ਪਤਾ ਲੱਗ ਹੀ ਜਾਂਦਾ ਨਾ ਪਹਿਲਾਂ ਸਾਲ ਕੁ ਵੀ ਇੱਥੋਂ ਲੜਾਂਗੇ। ਖਜ਼ਾਨਾ ਤਾਂ ਫਿਰ ਉਦੋਂ ਉਹਨਾਂ ਕੋਲ ਸੀ ਕਿ ਤੂੰ ਉਦੋਂ ਖਜ਼ਾਨਾ ਖੋਲ੍ਹ ਦਿੰਦੇ ਘੱਗਰ ਵਾਸਤੇ ਵੀ ਯਾਰ ਉਹ ਠੀਕ ਕਰੋ, ਠੀਕ ਹੈ ਨਾ। ਸੋ ਇਹ ਦੁੱਖ ਦੀ ਗੱਲ ਹੈ ਕਿ ਲੋਕਾਂ ਨੂੰ ਆਪ ਪ੍ਰਬੰਧ ਕਰਨੇ ਪੈਣੇ, ਅੱਜ JCBਾਂ ਲਾਉਣ ਵਾਸਤੇ ਵੀ ਪੈਸੇ ਇਕੱਠੇ ਕਰਨੇ ਪੈਣੇ। ਸੋ ਮੈਂ ਇਹਨਾਂ ਨੂੰ ਇਹ ਕਹਿਣ ਆਇਆ, ਅੱਜ ਮੇਰੇ ਨਾਲ ਹਰਪਾਲ ਚੀਮਾ ਜੀ ਨੇ ਗੁਰਦਿੱਤ ਨੇਤਾ ਨੇ, ਚਲੋ ਇਸ ਵਾਰ ਤਾਂ ਹੁਣ ਹੱਲ ਹੋ ਜੂਗਾ, ਮੈਂ JCBਾਂ ਦਾ ਕਹਿਤਾ ਮੈਂ MP ਫੰਡ 'ਚੋਂ ਅਸੀਂ ਕਰਾ ਦਾਂਗੇ, ਪਰ ਇਹ ਪੱਕਾ ਹੱਲ ਥੋੜ੍ਹੀ ਆ ਫਿਰ ਅਗਲੇ ਸਾਲ ਫੇਰ ਹੋਊਗਾ ਇਹ। ਸੋ ਪੱਕਾ ਹੱਲ ਇਹਦਾ ਇੱਥੇ ਆ ਕੇ ਕਿਉਂ ਛੱਡਤਾ ਮਕਰੋੜ ਸਾਹਿਬ, ਇਹ ਇੱਥੇ ਆ ਕੇ ਕਿਉਂ ਛੱਡਤਾ, ਇਹਨੂੰ ਅੱਗੇ ਤੱਕ ਕਿਉਂ ਨਹੀਂ ਚੌੜਾ ਕੀਤਾ। ਸੋ ਇਹ ਕੋਈ ਨਾ ਕੋਈ ਰਾਜਨੀਤੀ ਹੋਈ ਹੈ ਜਾਂ ਇਹਦੇ 'ਚ ਕੋਈ ਨਾ ਕੋਈ ਘਪਲਾ ਹੈਗਾ। ਸੋ ਮੈਂ ਕਹੂੰਗਾ ਕਿ ਵਿਧਾਨ ਸਭਾ ਦੇ ਵਿੱਚ ਇਹ ਮਾਮਲਾ ਉਠਾ ਕੇ ਅਤੇ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਨੂੰ ਪੁੱਛ ਕੇ ਇਹਦਾ ਪੱਕਾ ਹੱਲ। ਇਹ ਕਿਸੇ ਮਸਲੇ ਦਾ ਪੱਕਾ ਹੱਲ ਨਹੀਂ ਕਰਦੇ, ਇਹ ਲਮਕਾਈ ਰੱਖਦੇ ਬਸ। ਇਹਨਾਂ ਨੇ SYL ਦਾ ਕਿਹੜਾ ਪੱਕਾ ਹੱਲ ਕਰਤਾ, ਇਹਨਾਂ ਨੇ ਰਾਮ ਮੰਦਿਰ ਦਾ ਕਿਹੜਾ ਪੱਕਾ ਹੱਲ ਕਰਤਾ, ਇਹ ਵੋਟਾਂ ਵੇਲੇ ਕੱਢ ਲੈਂਦੇ ਆ ਬਸ। ਜੇ ਲੋਕ ਇਹ ਇਹਨਾਂ ਦੇ ਲੋਕਾਂ ਦੀਆਂ ਫਸਲਾਂ ਨਹੀਂ ਮਰਨਗੀਆਂ ਫਿਰ ਇਹ ਲੋਕ ਲੀਡਰਾਂ ਦੇ ਹੱਥ ਕਿਉਂ ਜੋੜਨਗੇ, ਇਹ ਪੱਕਾ ਹੱਲ ਕਿਉਂ ਕਰਨਗੇ। ਇਹ ਕਹਿੰਦੇ ਮਸਲੇ ਬਸ ਉਲਝਾ ਹੀ ਰੱਖੋ, ਐਂ ਲਟਕਾਈ ਰੱਖੋ। ਮਾਨ ਸਾਹਿਬ ਜੀ 2019 ਦੀ ਚੋਣਾਂ ਬਾਰੇ ਕੀ ਕਹਿਣਾ ਚਾਹੁੰਦੇ?